ਕਈ ਹੁਣ ਗੋਟ ਇੰਨਾ ਵਾੜੀ ਖੜੇ ਹੁੰਦੇ ਕੁਛ ਨੀ ਹੁੰਦਾ ਕੁਛ ਨੀ ਹੁੰਦਾ ਉਹ ਪੂਰਾ ਹੀ ਫਰਕ ਪੈਂਦਾ ਹਾਂ ਉਹ ਜ਼ਹਿਰਵਾਦੀ ਬਣ ਜਾਂਦੀ ਹੈ ਜ਼ਹਿਰਵਾ ਬਣ ਜਾਂਦਾ ਕਈ ਮਾਲਾਂ ਇਹ ਕਾਰਨ ਪਤਾ ਬੱਕਰੀ ਔਖੀ ਹੋ ਜਾਂਦੀ ਥੋੜੀ ਜ਼ਿਆਦੇ ਅੱਛਾ ਤੇ ਇਹ ਅੱਡੋ ਅੱਡੀ ਹੁੰਦਾ ਜਿਹੜੀ ਵਿਧ ਬੱਕਰੀ ਤੇ ਜ਼ਿਆਦਾ ਹੋਵੇ ਉਹ ਤਾਂ ਸੂ ਪੈਂਦੀ ਆ ਕਈ ਬੱਕਰੀਆਂ ਸੌਣੀਆਂ ਪੈ ਜਾਂਦੀਆਂ ਠੀਕ ਹੈ ਔਖੀ ਕਿ ਇਹ ਕਈ ਬੱਕਰੀਆਂ 5.5 ਮਹੀਨੇ ਲੈ ਜਾਂਦੀਆਂ ਕਈ 5 ਸੂ ਪੈਂਦੀਆਂ ਅੱਛਾ ਹਾਂ वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। ਆਲ ਜੀ ਆ ਗਿਆ ਰੰਗ ਬਰੰਗਾ ਚੱਗੇ ਨਹੀਂ ਖੜਦਾ ਰੰਗ ਬਰੰਗਾ ਆ ਗਿਆ ਨਾੜੂ ਨਾ ਤੋੜੀਆਂ ਜੀ ਮਾਸ਼ਾਅੱਲਾ ਪ੍ਰੇਸ਼ਰ ਨਾੜੂ ਨਾ ਤੋੜੀ ਲੈਣ ਦੇ ਸਾਹਿਬ ਚਲਾ ਲੈ ਲੈ ਸਾਹਿਬ ਨਾ ਲੱਤ ਕਰ ਦੇਖੀ ਮਾੜਾ ਜਿਹਾ ਮਾਗਲ ਕਰ ਲੈ ਜੀ ਜਾ ਰਹੇ ਨੇ ਬੱਕਰੀ ਕੰਬਲ ਲੱਗ ਗਈ ਪਿੱਛੇ ਰੱਖੋ ਪਿੱਛੇ ਰੱਖੋ ਪਿੱਛੇ ਰੱਖੋ ਪਿੱਛੇ ਰੱਖੋ ਮਾੜਾ ਜਿਹਾ ਦੋ ਦੇ पुठा कर ला मैं दोस्तों बकरी ब्या रही भाई देखिए, और अभी एक और बच्चा देगी कह रहे हैं। आप बताएं जरा कमेंट करके भाई, अब कौन सा बच्चा आएगा? ये आप पट देती है भाजी की देता? पट है जी, अभी एक पट आ गई है भाई। और जरा बताएं कमेंट करके अगला बच्चा क्या होने वाला है भाई। हाँ जी लखे पाजी की हाल है? ठीक हो? बढ़िया। किनवा सूआ पाजी है बकरी? ये तीसरा सूरा भाई। ठीक है, करते हैं गलबात थोड़े नाल। एक मिनट खड़ो। एक मिनट जी, अपा देखते हैं। बने रहो दोस्तों लाइव में। ये देखिए भाई, कमेंट करते जाएं भाई लोग। अभी 5 मिनट बाद फिर से अभी दम ले रही है भाई बकरी। इधर आ जाओ। कोई गल नहीं, कोई गल नहीं, आ जाओ इधर आ जाओ। मणि इधर आ जाओ। इधर आओ, इधर इधर ले पासे, इधर आओ। एक मिनट दोस्तों कमेंट करके बताएं, और कहां कहां से भाई लोग जुड़े हुए हैं। तो ये भाई अभी YouTube पे भी लाइव हो गए हैं, ये चेक करो। अभी भाई से पूछते हैं, पाजी की हाल है? लखे पाजी ठीक है? ठीक है जी, ठीक है। अच्छा बकरी किनवा सूआ दस्या सी? तीसरा सूरा, तीसरा ब्यांत।
और ये दीती है पट है पट, ना पट जी पट दी है भाई अभी एक और हुन लगदा बच्चा हो रहा है। हाँ है जी। कितना समय लग जूगा भाजी? बस दम लेंदी है। हाँ दम ले रही है। सही है। ते की मुल कीता सी इस बकरी दा? इहदा मुल 45,000 करया सी। 45,000 ते फर्क पऊगा बच्चे देन तो बाद? हाँ फर्क पैंदा कीमत च कि नहीं? पै जांदा जी पूरा ही पै जांदा। अच्छा पै जांदा है ना। सही है। ते दुध वगैरह दी गल करिए भाजी किन्ना कु होना चाहिए अंदाजा? दुध बकरी थले होगा जी 2.5 लीटर ही। 2.5 लीटर डंग दा? 2.5 लीटर। हाँ दोनों डंगा दा 4-5 किलो होगा। अच्छा जिवें हुण तुसीं आ सवाई है ना? हाँ जी हाँ जी। एक की लोड पै गई सी वीरे? की कारण पै गया सी? ये कारण पता बकरी औखी हो जांदी थोड़ी ज्यादा। अच्छा ते ये अड्डो अड्डी हुंदा जिहड़ी ते वैद बकरी ते ज्यादा होवे उहदा सू पैंदी आ। कई बकरियां सौणियां पै जांदियां। ਠੀਕ ਹੈ। ਔਖੀ ਕਿਵੇਂ ਪਤਾ ਲੱਗਦਾ ਵੀ ਆਪਾਂ ਨੂੰ ਕਿ ਵੀ ਇਹ ਨਹੀਂ ਮਤਲਬ ਆਪਾਂ ਨੂੰ ਹੈਲਪ ਕਰਨੀ ਪਊਗੀ ਇਹਦੀ? ਮਤਲਬ ਕਈਆਂ ਦੀ ਸੂਬ ਵਾਲੀ ਛੋਟੀ ਹੁੰਦੀ ਹੈ ਬੱਕਰੀਆਂ ਦੀ। ਅੱਛਾ ਜ਼ੋਰ ਲਾਉਂਦੀਆਂ ਬੱਕਰੀਆਂ ਬਟਾਂਡੀ ਨਹੀਂ ਨਿਕਲਦੀ, ਫਿਰ ਹੌਲੀ ਹੌਲੀ ਘਕਾਈ ਜਾਵੇ ਉਂਗਲ ਪਾਲੇ ਮਾੜਾ ਮਾੜਾ। ਅੱਛਾ ਫਿਰ ਹੌਲੀ ਹੌਲੀ ਆਈ ਜਾਂਦੀ ਹੈ। ਠੀਕ ਹੈ। ਹਾਂ ਜਿਵੇਂ ਹੁਣ ਆਪਾਂ ਉਂਗਲ ਪਾਈ ਹੈ। ਹਾਂ ਬਾਕੀ ਬੱਕਰੀ ਜਦੋਂ ਸੂੰਦੀ ਆ ਤਾਂ ਜ਼ਰੂਰੀ ਉੱਤੇ ਹੋਣਾ ਚਾਹੀਦਾ ਯਾਰ। ਹਾਂ ਸਹੀ ਤਾਂ ਕੋਈ ਇਨਫੈਕਸ਼ਨ ਵਗੈਰਾ ਦਾ ਡਰ ਨਹੀਂ ਹੈਗਾ? ਕੋਈ ਗੱਲ ਜੇ ਮਨ ਕੇ ਗੁੱਟ ਪਊਗਾ ਉਂਗਲ ਦੀ ਕੋਈ ਉਹ ਨਹੀਂ। ਹਾਂ ਜੇ ਗੁੱਟ ਪਊਗਾ ਫਿਰ ਪੂਰੀ ਇਨਫੈਕਸ਼ਨ, ਫਿਰ ਨਾਲ ਦੇ ਨਾਲ ਟੀਕੇ ਲਵਾਓ। ਅੱਛਾ ਗੁੱਟ ਨਹੀਂ ਪੈਣਾ ਚਾਹੀਦਾ? ਹਾਂ ਗੁੱਟ ਨਹੀਂ ਪੈਣਾ ਚਾਹੀਦਾ। ਠੀਕ ਹੈ। ਗੱਭਣ ਹੋਗੀ ਮੰਨ ਲਓ ਕਈ ਬੱਕਰੀਆਂ 5.5 ਮਹੀਨੇ ਲੈ ਜਾਂਦੀਆਂ, ਕਈ 5 ਸੂ ਪੈਂਦੀਆਂ। ਅੱਛਾ ਮਤਲਬ ਸਹੀ ਟਾਈਮ ਤੇ ਕੋਈ ਇਸ ਵੇਲੇ ਹੁਣ ਧਿਆਨ ਦੇਣ ਵਾਲੀਆਂ ਗੱਲਾਂ ਹੈਗੀਆਂ? ਮੌਸਮ ਵੀ ਬੜਾ ਠੰਡਾ ਜਿਵੇਂ, ਧਿਆਨ ਦੇਣਾ ਇਹਨਾਂ ਨੂੰ ਨਿੱਘਾ ਕਰਨਾ ਪਊ ਗੱਡੀ 'ਚ ਕਰਦੇ ਅੰਦਰ ਜੀ। ਅੱਛਾ ਹਾਂ ਗਰਮ? ਹਾਂ ਗਰਮ। ਠੀਕ ਹੈ। ਕਾੜਾ ਕੱਪਾ ਵੀ ਦੇਣਾ ਪਊ ਬੱਕਰੀ ਨੂੰ? ਠੀਕ ਹੈ ਜੀ। ਹੈਂ ਉਹ ਸਾਡੇ ਕੋਲ ਹੈਗਾ ਸ਼ੱਕਰ ਸ਼ੁਕਰ ਦੇ ਦੇਣਾ। ਕਾੜਾ ਕਾਹਦਾ ਦਊਂਗੇ? ਗੁੜ ਦਾ। ਗੁੜ ਦਾ ਨੋਰਮਲ ਗੁੜ ਮਿਕਸ ਕਰਕੇ? ਹਾਂ ਨੋਰਮਲ। ਠੀਕ ਹੈ। ਅਤੇ ਬੱਚੇ ਨੂੰ ਵੀ ਕਿ? ਬੱਚੇ ਨੂੰ ਦੁੱਧ ਚੰਗਾ ਦੇਣੀ? ਦੁੱਧ ਚੰਗਾ ਦੇ। ਹਾਂ ਜਿਵੇਂ ਹੁਣ ਆਪਾਂ ਮਤਲਬ ਕਿ ਹੈ ਨਾ ਸਵਾਈ ਹੈ ਇਹ, ਤੇ ਹੁਣ ਇਹਨੂੰ ਲੋੜ ਪਊਗੀ ਕਿ ਨਹੀਂ ਕਾੜੇ ਕੱਪੇ ਦੀ? ਨਹੀਂ ਕਿਸੇ ਦਵਾਈ ਦੀ ਜਾਂ ਕੋਈ? ਨਹੀਂ ਨਹੀਂ ਕੋਈ ਕੋਈ ਲੋੜ ਨਹੀਂ। ਕੋਈ ਲੋੜ ਨਹੀਂ? ਕੋਈ ਲੋੜ ਨਹੀਂ। ਜੇ ਸਹੀ ਸੂਈ ਹੈ ਬਾਕੀ ਕੋਈ ਲੋੜ ਨਹੀਂ ਫਿਰ? ਠੀਕ ਹੈ। ਜੇ ਕੋਈ ਔਰ ਆ ਫਿਰ ਟੀਕੇ ਲਵਾ ਦਿਓ ਜਾਂ ਡਾਕਟਰ ਤੋਂ ਜਾਂ ਆਪ ਲਾ ਲਓ ਜੇ ਜਿੰਨੀ ਕੁ ਨੌਲੇਜ ਹੈ ਕਿਸੇ ਨੂੰ। ਹਾਂ ਰਹਿ ਲੈਣੀ ਜ਼ਰੂਰੀ ਆ। ਟੀਕੇ ਕਾਹਦੇ ਲੱਗਦੇ ਆ ਮਤਲਬ? ਟੀਕੇ ਯਾਰ ਇਨਫੈਕਸ਼ਨ ਦੇ, ਜੇ ਮਨ ਕਰ ਬਾਂਹ ਬੂਹ ਪਾ ਕੇ ਪਸਵਾਈਏ ਬੱਕਰੀ ਆਪਾਂ, ਕਈ ਹੁਣ ਗੁੱਟ ਇੰਨਾ ਵਾੜੀ ਖੜੇ ਹੁੰਦੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ। ਅੱਛਾ ਉਹ ਪੂਰਾ ਹੀ ਫਰਕ ਪੈਂਦਾ? ਹਾਂ ਉਹ ਜ਼ਹਿਰਵਾਦੀ ਬਣ ਜਾਂਦੀ ਹੈ, ਜ਼ਹਿਰਵਾ ਬਣ ਜਾਂਦਾ। ਕਈ ਮਾਲਾਂ ਵਾਲੇ ਆਖ ਦਿੰਦੇ ਆ ਉਹ ਗੁੱਟ ਤਾਂ ਇੰਨਾ ਪਾਈ ਖੜੇ ਹੁੰਦੇ, ਵੇਖਿਆ ਬਾਹਰ ਸਾਹ ਕਿਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਉਹ ਬਹੁਤ ਕੁਛ ਹੋ ਜਾਂਦਾ। ਹਾਂ ਬਹੁਤ ਕੁਛ, ਬਾਅਦ 'ਚ ਰਿਜ਼ਲਟ ਪੈ ਜਾਂਦਾ ਦੂਜੇ ਦਿਨ। ਹਾਂ ਕਈ ਬੱਕਰੀਆਂ ਤਾਂ ਮੌਤ ਹੋ ਜਾਂਦੀ ਕਈ ਬੱਕਰੀਆਂ ਦੀ। ਅੱਛਾ ਜੀ। ਹਾਂ ਜਦੋਂ ਜ਼ਹਿਰ ਬਣ ਗਿਆ। ਲਓ ਜੀ ਦੋਸਤੋ ਇਹ ਗੱਲਾਂ ਦਾ ਧਿਆਨ ਰੱਖਣਾ ਆਪਾਂ, ਬਾਈ ਨੇ ਬਹੁਤ ਵਧੀਆ ਗੱਲਾਂ ਦੱਸੀਆਂ। ਕਿੰਨਾ ਚਿਰ ਹੋ ਗਿਆ ਤੁਹਾਨੂੰ ਬੱਕਰੀ ਕੰਮ ਕਰ? ਸਾਡਾ 4th ਪੀੜ੍ਹੀ 'ਚ ਆ ਗਿਆ ਕੰਮ ਜੀ। 4th ਪੀੜ੍ਹੀ? ਹਾਂ ਬਚਪਨ ਤੋਂ ਆਹੀ ਕੰਮ ਹੈ। ਠੀਕ ਹੈ। ਹਾਂ ਪਹਿਲਾਂ ਇੱਕ ਪਹਿਚਾਣ ਹੁੰਦੀ ਹੈ ਨਾ ਜਿਵੇਂ ਪੁੜੇ ਵਗੈਰਾ ਭੰਨ ਦਿੰਦੀ ਹੈ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੁਣ ਸੂਣ ਵਾਲੀ ਹੈ ਨਾ, ਕਿਵੇਂ ਪਤਾ ਲੱਗਦਾ ਉਹ? ਬੱਕਰੀ ਥਣਾਂ 'ਚ ਧਾਰਾਂ ਪਾਊਗੀ ਥੋੜ੍ਹੀ ਥੋੜ੍ਹੀਆਂ। ਅੱਛਾ ਠੀਕ ਹੈ ਜੀ। ਹਾਂ ਪੁੜਾ ਇੱਥੋਂ ਭੰਨਿਆ ਹੋਊਗੀ ਇੱਥੋਂ ਬੱਕਰੀ? ਹਾਂ ਇੱਥੋਂ ਆਹ ਨਾੜ ਛੱਡ ਆਉਂਦੀ ਹੈ ਬੱਕਰੀ ਸਾਰੀ। ਅੱਛਾ ਜੋ ਸੂੰਦੀ ਆ ਇੱਥੇ ਟੋਏ ਪੈ ਜਾਂਦੇ? ਹਾਂ ਟੋਏ ਪਏ ਨਾ, ਹੋਰ ਬੱਕਰੀ ਕਿਸੇ ਦੀ ਨਹੀਂ ਪਏ ਵੇਖ ਲਾ। ਹਾਂ ਸਹੀ ਹੈ। ਹਾਂਜੀ ਟੋਏ ਪੈ ਜਾਣਗੇ। ਸਹੀ ਹੈ। ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਅੱਜ ਕੱਲ੍ਹ 'ਚ ਸੂਣ ਵਾਲੀ ਹੈ। ਹਾਂਜੀ ਹਾਂਜੀ ਹੈ ਨਾ। ਹਾਂਜੀ ਛੇਤੀ ਸੂ ਜੂਗੀ। ਸਹੀ ਹੈ। ਲਓ ਜੀ ਦੋਸਤੋ ਹਵਾ ਬਹੁਤ ਚੱਲੀ ਜਾਂਦੀ। ਹਾਂ ਬੱਚੇ ਵਾਸਤੇ ਥੋੜ੍ਹਾ ਹੈ ਨਾ, ਇਹ ਕਰਦੇ ਹਾਂ ਵਿੱਚ ਕਰ ਦੂਗਾ ਗੱਡੀ 'ਚ। ਸਹੀ ਹੈ। ये पटदी है भाई, कमेंट करके जरूर बताते रहें कहां कहां से जुड़े हुए हैं भाई लोग। और भाई अगला बच्चा कौन सा आएगा भाई, पट है या बकरा? आएगा है जी बकरा। हाँ भाई ने कहता बकरा आऊगा। ठीक है तुसी दसो की आऊगा भाई। कर रहे हैं कमेंट बंदे जुड़े हुए हैं अपने भाई लोग। थोड़ा टहल ले बकरी, उसके बाद फिर से जोर लगाएगी। अच्छा जिवें हुण पाजी, जिवें हुण बकरी क्रॉस करानी है, हाँ जी उदों केड़ी गल्लां दा ध्यान रखना पैंदा? ਉਦੋਂ ਬੱਕਰੀ ਮੈਲੇ 'ਚ ਨਹੀਂ ਕਰਾਉਣੀ ਚਾਹੀਦੀ। ਹਾਂ ਮਹੀਨਾ। ਹਾਂ ਜਿਵੇਂ ਮੈਲੇ 'ਚ ਬੱਕਰੀ ਕਈ ਬੰਦੇ 20 ਦਿਨਾਂ 'ਚ ਕਰਾ ਦਿੰਦੇ ਆ, ਉਦੋਂ ਛੁਡਾ ਦੇ ਹੀਟ। ਠੀਕ ਹੈ ਕਢਾ ਦੇ ਹੀਟ ਜਦੋਂ ਬੱਕਰੀ ਜਮ੍ਹਾਂ ਸਾਫ਼ ਹੋ ਗਈ। ਹਾਂ ਮਹੀਨਾ ਡੂਢ ਮਹੀਨਾ ਹੋ ਗਿਆ ਸੂਈ ਨੂੰ, ਉਦੋਂ ਲਵਾਉਣੀ ਚਾਹੀਦੀ ਆ। ਉਦੋਂ ਲਵਾਈ? ਹਾਂ ਕਈ ਬੰਦੇ ਮੈਲੇ 'ਚ ਲਵਾਉਂਦੇ ਆ, ਬੱਕਰੀਆਂ ਖਰਾਬ ਹੋ ਜਾਂਦੀਆਂ ਬਾਅਦ 'ਚ। ਠੀਕ ਹੈ
छो ते देखो फिर बकरी नू भी ठीक है एक होर दसो भाजी जिवें बकरी सौखी सू पवे है ना ਜਿਵੇਂ ਕਹਿੰਦੇ ਆ ਨਾ ਤੇਲ ਵਗੈਰਾ ਦੋ ਕੀ ਕੀ ਕੁਝ ਦੇਣਾ ਪੈਂਦਾ ਉਦੋਂ ਪਹਿਲਾਂ ਹਾਂ ਜਿਵੇਂ ਗੱਭਣ ਹੁੰਦੀ ਹੈ ਹਾਂ ਉਦੋਂ ਤੇਲ ਦੇਈਓ ਕਿਵੇਂ ਦਿੰਦੇ ਆ ਉਹ ਤੇਲ 10 ਐਮਐਲ ਸਰੰਜ ਭਰ ਕੇ ਦੇ ਦੇ ਜਾਂ ਦਾਣੇ ਪੱਕੇ ਜਿਹਾ ਲਾ ਕੇ ਦੇ ਦੇ ਅੱਛਾ ਮਿਕਸ ਕਰਕੇ ਦੇ ਦੋ ਦਾਣੇ ਦੇ ਵਿੱਚ ਨਹੀਂ ਸਿੱਧਾ ਸਰੰਜ ਨਾਲ ਮੂੰਹ 'ਚ ਸਿੱਧਾ ਹਾਂ ਤੇ ਕਿੰਨਾ ਕੁ ਦੇਣਾ ਪੈਂਦਾ ਕੁਆਂਟੀਟੀ ਕੋਈ ਜਦੋਂ ਆਪਾਂ ਗੁੜ ਪਿਆਉਂਦੇ ਆ ਗੁੜ ਵਾਲਾ ਪਾਣਾ ਪਿਆਉਂਦੇ ਆ ਠੀਕ ਹੈ ਜੀ ਵੀ ਬੱਕਰੀਆਂ ਆਪਣ ਕੋਲ 50 ਉਹਨੂੰ ਅੱਧਾ ਲੀਟਰ ਵਿੱਚ ਮਾਰੋ ਸਾਰਾ ਕੁਝ ਵਿੱਚ ਹੀ ਆ ਗਿਆ ਅੱਛਾ ਤੇਲ ਠੀਕ ਹੈ ਗੁੜ 'ਚ ਪਿਆ ਸਕਦੇ ਆਪਾਂ ਠੀਕ ਹੈ ਦਾਣੇ ਜੀ ਪਿਆ ਸਕਦੇ ਜੇ ਖਰਾਬ ਪਾਉਂਦਾ ਕੋਈ ਮਾਲ ਦੇ ਵਿੱਚ ਠੀਕ ਹੈ ਉਸ ਹਾਨੂੰ ਅੰਦਰ ਜਾਣਾ ਚਾਹੀਦਾ ਇਹਨਾਂ ਦੇ ਠੀਕ ਹੈ ਬੱਚਾ ਇਹ ਬੱਚਾ ਜਿਵੇਂ ਹੁਣ ਹੈ ਨਾ ਕਿੰਨੇ ਕੁ ਚਿਰਾਂ ਬਾਅਦ ਚਰਨ ਲੱਗੂਗਾ ਵੀਰੇ ਆਹਾਂ ਹਾਂ ਇਹ ਤਾਂ ਮਹੀਨੇ ਡੂੜ ਮਹੀਨੇ ਪੱਤੇ ਖਾਣ ਲੱਗੂਗਾ ਜੀ ਪੱਤੇ ਖਾਣ ਲੱਗ ਜੂਗਾ ਹਾਂਜੀ ਠੀਕ ਹੈ ਠੀਕ ਹੈ ਟੈਂਟ ਥੱਲੇ ਨਹੀਂ ਬਾਹਰ ਆਓ ਰੇਂਜ ਟੁੱਟਦੀ ਹੈ ਬਾਹਰ ਆਓ ਬਾਹਰ ਹਾਂ ਬਾਹਰ ਬਾਹਰ ਬਿਲਕੁਲ ਬਾਹਰ ਹਾਂ ਠੀਕ ਹੈ ਸੋ ਕਰੋਗੇ ਭਾਜੀ ਇਹਨੂੰ ਦੇਖੋਗੇ ਹੁਣ लो जी भाई अभी देखते हैं भाई साहब क्या बकरी है ना और बच्चे देगी अभी तो हाँ इधर ही रहना और मैं कमेंट भी पढ़ूंगा सभी भाइयों के जो जो शो हो रहे हैं भाई कि भाई ये अगला बच्चा जो है ना बकरी के वो ब्याने की कोशिश अभी फिर से ये देखिए भाई इधर रहो जाओ उधर उधर टेंट तो बाहर हाँ देखो भाजी पीछे पैर रखना है लो जी आई आ गई टमांडी जिवें भाई दस रहे सी उत्थे 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 रहो हाँ चलो इधर आओ लो जी देखो ये लो जी लो जी आ गया जी बच्चा वधिया की है भाजी बकरा जी बकरा वाह जी वाह देख लो भाई बंदे ने बकरा बोला था एक्सपीरियंस इनू कहंदे हैं वीरे तजर्बा ਇਹ ਕਿਵੇਂ ਪਤਾ ਲੱਗਿਆ ਵੀਰੇ ਤੁਹਾਨੂੰ ਕਿ ਇੱਕ ਉਹੀ ਤੁੱਕਾ ਹੀ ਛੱਡਦਾ ਸੀ ਤੁੱਕਾ ਨਹੀਂ ਛੱਡਿਆ ਜੀ ਇਹ ਬੱਕਰੀ ਰੱਖੀਆਂ ਖੜੀ ਹੋਊਗੀ ਹੁਣ ਮੈਂ ਦੱਸ ਇੱਥੇ ਹੋ ਜਾਂਦੇ ਹੈ ਅੱਗੇ ਰੱਖਣਾ ਮੇਰੇ ਨਾਲ ਲਿਆ ਕੇ ਦੇ ਆ ਕੋਈ ਨਹੀਂ ਕਰਨ ਦੋ ਇੱਕ ਵਾਰ ਸਾਹਿਬ ਫੇਰ ਬਾਈ ਨਾਲ ਗੱਲ ਕਰਾਂਗੇ ਲੋ ਜੀ ਬੱਕਰਾ ਆ ਗਿਆ ਭਾਈ ਜਿਨ ਜਿਨ ਭਾਈਓ ਨੇ ਬੱਕਰਾ ਕਮੈਂਟ ਕੀਤਾ ਸਾਰੇ ਨੂੰ ਜਾਲੇ ਲਾ ਦੇ ਵਾਣੇ ਥੱਲੇ ਰੱਖ ਉਨਕੋ ਮਿਲਤੇ ਹੈ 1 ਕਰੋੜ ਰੁਪਏ ਸੁਪਨੇ ਵਿੱਚ ਮਿਲेंगे ਆ ਵੀ ਰੱਖਦਾ ਭਾਈ ਸਾਹਿਬ ਇਹ ਦੇਖ ਲੈ बकरा ही आ गया है भाजी तविशा ना पूरी बिल्कुल बिल्कुल यार ए मतलब थोड़ा दसो तो सही आईडिया तो दो साडे प्राणवा नु लाइव चल रहा है लाइव देख रहे हैं किमे पता लग गया भाई बकरा ही हो सकदा ए दिंदी पठ बकरा अच्छा ए दिंदी और फिर की है तेनु आखा ही बकरा आ गया दित्ता होया पहला सुआ दित्ता होया अच्छा पहला दित्ता होया भी पठ बकरा आ गई मैं क्या कहते अल्ट्रासाउंड वगैरह कुछ कीता होना जिदे रखे हुंदे ना ओनु पता लग जांदा ਠੀਕ ਹੈ ਨਹੀਂ ਨਹੀਂ ਗੱਲ ਸਹੀ ਹੈ ਭਾਈ ਹਾਂ ਤਾਂ ਪੱਠਾ ਵੀ ਦੇ ਸਕਦੀ ਦੋਨੇ ਬੱਕਰੇ ਵੀ ਦੇ ਸਕਦੀ ਹਾਂ ਬਿਲਕੁਲ ਵੀਰੇ ਨੂੰ ਬਿਲਕੁਲ ਰੱਖੀਆਂ ਹੋਈਆਂ ਵੀਰੇ ਦੀਆਂ ਨੂੰ ਪਤਾ ਹੋਊਗਾ ਵੀ ਮੇਰੀ ਬੱਕਰੀ ਪੱਠ ਬੱਕਰਾ ਦਿੰਦੀ ਹੈ ਸਹੀ ਹੈ ਜੀ ਸਹੀ ਹੈ ਬਹੁਤ ਵਧੀਆ ਲਓ ਜੀ ਦੇਖੋ ਦੋਨੇ ਸਹੀ ਹੈ ਹਨਾ ਸਹੀ ਹੈ ਜੀ ਸਹੀ ਹੈ ਸਹੀ ਹੈ ਬੱਚਾ ਬੱਚਾ ਦੋਨੇ ਤੰਦਰੁਸਤ ਹਾਂਜੀ ਮਾਂ ਵੀ ਤੰਦਰੁਸਤ ਆ ਠੀਕ ਹੈ ਲਓ ਜੀ ਦੋਸਤੋ ਆ ਜਾਓ ਧੰਨਵਾਦ ਭਾਜੀ ਠੀਕ ਹੈ ਜੀ ਮੰਡੀ ਹੈ ਜੀ मुल्लापुर दाखा जिला लुधियाना राज्य पंजाब एवरी सैटरडे मंडी होती है भाई और ये भाई साहब बकरी भी आई है जिन जिन भाइयों ने कमेंट किया बकरे का तो भाई बकरा आ गया देखो भाई ने भी पहले बता दिया था कि भाई बकरा आएगा और पहले वाले पठ आई थी सो दोस्तों सभी भाइयों का तहे दिल से धन्यवाद जानकारी अच्छी लगी है तो शेयर ज़रूर कर दें क्योंकि हमारे जो नए भाई हैं जो बकरी पालन से जुड़ रहे हैं है ना ये जानकारी भाई बताया आपके सामने है ना 4 पीढ़ी हो चुकी है इनको करते हुए
मतलब बहुत पुराना काम है जी इनका बकरी पालन का, है ना। तो बहुत बढ़िया ट्रेनिंग वाली मतलब के जानकारी दी है भाई ने, क्योंकि हम बड़े बड़े सेंटरों में देखते हैं, है ना, ऐसी ट्रेनिंग शायद ही कहीं मिलेगी, एकदम प्रैक्टिकल सामने, है ना। तो इस वीडियो को ज़्यादा से ज़्यादा ज़रूर शेयर करें ताकि हमारे दूसरे भाइयों की भी हेल्प हो सके। भाई बकरी ब्याते समय कौन कौन सी बातों का ध्यान रखें, है ना, कैसे बकरी ब्याई ब्याती है भाई।